ਪੰਜਾਬ ਵਿੱਚ ਸੈਰੀਕਲਚਰ ਸਾਲ 1895 ਤੋਂ ਸ਼ੁਰੂ ਹੋਇਆ। ਸੈਰੀਕਲਚਰ ਤੋਂ ਭਾਵ ਰੇਸ਼ਮ ਕੀੜਿਆਂ ਦੀ ਪਾਲਣਾ ਕਰਕੇ ਰੇਸ਼ਮ ਦਾ ਉਤਪਾਦਨ ਕਰਨਾ ਹੈ। ਸੈਰੀਕਲਚਰ ਵਿਭਾਗ ਸਾਲ 1994 ਦੌਰਾਨ ਇੰਡਸਟਰੀ ਵਿਭਾਗ ਤੋਂ ਤਬਦੀਲ ਹੋ ਕੇ ਬਾਗਬਾਨੀ ਵਿਭਾਗ ਵਿੱਚ ਸ਼ਾਮਲ ਕਰ ਦਿੱਤਾ ਗਿਆ। ਰਾਜ ਵਿੱਚ ਬਾਇਓਵੋਲਟਾਈਨ ਮਲਬਰੀ ਰੇਸ਼ਮ ਤਿਆਰ ਕੀਤਾ ਜਾਂਦਾ ਹੈ। ਪੰਜਾਬ ਵਿੱਚ ਰੇਸ਼ਮ ਕੀਟ ਪਾਲਣਾ ਨੀਮ ਪਹਾੜੀ ਇਲਾਕਿਆਂ 'ਤੇ ਸਥਿਤ 4 ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਰੋਪੜ ਵਿਖੇ ਕੀਤੀ ਜਾਂਦੀ ਹੈ। ਰੇਸ਼ਮ ਇੱਕ ਮਹਿੰਗਾ, ਲਚੀਲਾ ਅਤੇ ਕੁਦਰਤੀ ਪਦਾਰਥ ਹੈ ਜੋ ਰੇਸ਼ਮ ਕੀੜਿਆਂ ਦੀ ਪਾਲਣਾ ਕਰਨ ਉਪਰੰਤ ਰੇਸ਼ਮ ਦੇ ਧਾਗੇ ਤੋਂ ਤਿਆਰ ਕੀਤਾ ਜਾਂਦਾ ਹੈ। ਪੰਜਾਬ ਵਿੱਚ ਮਲਬਰੀ ਪਲਾਂਟੇਸ਼ਨ ਯਾਨੀ ਤੂਤਾਂ ਦੀ ਖੇਤੀ ਲਈ ਲੋੜੀਂਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਅਤੇ ਨਮੀ ਦੀ ਮਾਤਰਾ 65% ਤੋਂ 80% ਲਾਹੇਵੰਦ ਹੈ। ਰਾਜ ਵਿੱਚ ਮੁੱਖ ਤੌਰ 'ਤੇ ਤੂਤਾਂ ਦੀ ਪਲਾਂਟੇਸ਼ਨ ਲਈ TR10, S146, ਪੰਜਾਬ ਲੋਕਲ ਆਦਿ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੂਤਾਂ ਦੀ ਪਲਾਂਟੇਸ਼ਨ ਸਾਲ ਵਿੱਚ 2 ਵਾਰੀ ਦਸੰਬਰ, ਜਨਵਰੀ ਅਤੇ ਜੁਲਾਈ, ਅਗਸਤ ਦੌਰਾਨ ਕੀਤੀ ਜਾਂਦੀ ਹੈ। ਤੂਤਾਂ ਦੇ ਬੂਟੇ ਲਗਾਉਣ ਸਮੇਂ ਸਭ ਤੋਂ ਪਹਿਲਾਂ 60 ਸੈਂਟੀਮੀਟਰ ਡੂੰਘਾ ਅਤੇ ਚੌੜੇ ਆਕਾਰ ਦਾ ਟੋਇਆ ਪੁੱਟ ਕੇ ਟੋਏ ਦੀ ਉੱਪਰਲੀ ਅੱਧੀ ਮਿੱਟੀ ਵਿੱਚ 4 ਤੋਂ 5 ਕਿਲੋਗ੍ਰਾਮ ਰੂੜੀ ਖਾਦ ਪਾ ਕੇ ਟੋਏ ਨੂੰ ਭਰ ਲਿਆ ਜਾਂਦਾ ਹੈ। ਇਸ ਉਪਰੰਤ ਨਰਸਰੀ ਵਿੱਚ ਤਿਆਰ ਕੀਤਾ 1 ਤੋਂ 2 ਸਾਲ ਪੁਰਾਣਾ ਤੂਤ ਦਾ ਬੂਟਾ ਟੋਏ ਦੇ ਵਿਚਕਾਰ 30 ਸੈਂਟੀਮੀਟਰ ਦੀ ਡੂੰਘਾਈ 'ਤੇ ਲਗਾਇਆ ਜਾਂਦਾ ਹੈ। ਵਾਤਾਵਰਣ ਅਨੁਕੂਲਿਤ ਕਿੱਤਾ ਹੋਣ ਕਰਕੇ ਰਾਜ ਵਿੱਚ ਮਲਬਰੀ ਸੈਰੀਕਲਚਰ ਦੀਆਂ ਸਾਲ ਵਿੱਚ 2 ਫਸਲਾਂ ਲਈਆਂ ਜਾਂਦੀਆਂ ਹਨ। ਪਹਿਲੀ ਬਸੰਤ ਰੁੱਤ ਯਾਨੀ ਕਿ ਫਰਵਰੀ ਤੋਂ ਅਪ੍ਰੈਲ ਦੌਰਾਨ ਅਤੇ ਦੂਜੀ ਫਸਲ ਪਤਝੜ ਰੁੱਤ ਯਾਨੀ ਕਿ ਸਤੰਬਰ ਤੋਂ ਅਕਤੂਬਰ ਮਹੀਨਿਆਂ ਦੌਰਾਨ। ਇੱਕ ਸਮੇਂ ਦੀ ਫਸਲ ਲਗਭਗ 40 ਤੋਂ 45 ਦਿਨ ਦਾ ਸਮਾਂ ਲੈਂਦੀ ਹੈ। ਰਾਜ ਵਿੱਚ 13 ਸਰਕਾਰੀ ਸੈਰੀਕਲਚਰ ਫਾਰਮ ਹਨ ਜਿੱਥੇ ਕੀਟ ਪਾਲਣਾ ਕਰਵਾਉਣ ਲਈ ਬੁਨਿਆਦੀ ਢਾਂਚਾ ਸਥਾਪਿਤ ਹੈ। ਰਾਜ ਵਿੱਚ ਰੇਸ਼ਮ ਬੀਜ ਕੇਂਦਰ ਰੇਸ਼ਮ ਬੋਰਡ ਦੇ ਬੀਜ ਉਤਪਾਦਨ ਸੈਂਟਰਾਂ ਤੋਂ ਮੰਗਵਾਇਆ ਜਾਂਦਾ ਹੈ। ਰੇਸ਼ਮ ਕੀਟ ਪਾਲਕਾਂ ਨੂੰ ਰੇਸ਼ਮ ਦੇ ਕੀੜੇ ਮੁਹੱਈਆ ਕਰਾਉਣ ਲਈ ਰੇਸ਼ਮ ਬੀਜ ਦੀ ਚਾਕੀ ਰੇਰਿੰਗ ਫਾਰਮਾਂ 'ਤੇ ਤਕਨੀਕੀ ਸਟਾਫ ਦੀ ਦੇਖਰੇਖ ਅਧੀਨ ਕੀਤੀ ਜਾਂਦੀ ਹੈ ਅਤੇ ਛੋਟੀ ਅਵਸਥਾ ਦੇ ਰੇਸ਼ਮ ਦੇ ਕੀੜੇ ਕੀਟ ਪਾਲਕਾਂ ਨੂੰ ਸਬਸਿਡੀ 'ਤੇ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਉਪਰੰਤ ਕੀਟ ਪਾਲਕਾਂ ਵੱਲੋਂ ਇਹ ਕਿੱਤਾ ਜਾਂਦਾ ਹੈ। ਫਾਰਮਾਂ ਵਿਖੇ ਚਾਕੀ ਰੇਰਿੰਗ ਸ਼ੁਰੂ ਕਰਨ ਸਮੇਂ ਸਭ ਤੋਂ ਪਹਿਲਾਂ ਕੀਟਾਣੂ ਨਾਸ਼ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੌਰਾਨ ਮਲਬਰੀ ਰੇਸ਼ਮ ਦੇ ਅੰਡੇ, ਜਿਸ ਨੂੰ ਸਿਲਕ ਸੀਡ ਵੀ ਕਿਹਾ ਜਾਂਦਾ ਹੈ, ਕੇਂਦਰ ਰੇਸ਼ਮ ਬੋਰਡ ਦੇਹਰਾਦੂਨ ਤੋਂ ਮੰਗਵਾਇਆ ਜਾਂਦਾ ਹੈ। ਰੇਸ਼ਮ ਬੀਜ ਨੂੰ 25 ਡਿਗਰੀ ਤਾਪਮਾਨ ਅਤੇ 80 ਤੋਂ 90% ਨਮੀ ਹੇਠਾਂ ਇਨਕਿਊਬੇਸ਼ਨ ਕੀਤਾ ਜਾਂਦਾ ਹੈ। ਇਨਕਿਊਬੇਸ਼ਨ ਉਪਰੰਤ ਰੇਸ਼ਮ ਬੀਜ ਦੀ ਹੈਚਿੰਗ ਹੋ ਜਾਂਦੀ ਹੈ, ਜਿਸ ਤੋਂ ਬਾਅਦ ਬ੍ਰਸ਼ਿੰਗ ਕੀਤੀ ਜਾਂਦੀ ਹੈ। ਇਸ ਉਪਰੰਤ ਛੋਟੇ ਰੇਸ਼ਮ ਦੇ ਕੀੜੇ ਲਾਰਵੇ ਦੇ ਅੰਡੇ ਵਿੱਚੋਂ ਬਾਹਰ ਆ ਜਾਂਦੇ ਹਨ। ਇਸ ਤੋਂ ਬਾਅਦ ਇਸ ਉੱਪਰ ਸੜੇ ਚਾਵਲਾਂ ਦਾ ਛਿਲਕਾ ਸਪਰੇਅ ਕੀਤਾ ਜਾਂਦਾ ਹੈ ਯਾਨੀ ਧੂੜਿਆ ਜਾਂਦਾ ਹੈ, ਤਾਂ ਜੋ ਰੇਸ਼ਮ ਦੇ ਅੰਡੇ ਦੇ ਸੈੱਲ ਨਾਲ ਨਾ ਚਿਪਕਣ। ਆਂਡਿਆਂ ਵਾਲੀ ਟਰੇਆਂ ਨੂੰ ਜਾਲੀ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਜਾਂਦਾ ਹੈ। ਇਸ ਦੌਰਾਨ ਤੂਤ ਦੇ ਤਾਜ਼ੇ ਪੱਤਿਆਂ ਨੂੰ ਤੋੜਿਆ ਜਾਂਦਾ ਹੈ ਅਤੇ ਗਿੱਲੇ ਕੱਪੜੇ ਵਿੱਚ ਰੱਖਿਆ ਜਾਂਦਾ ਹੈ। ਟਾਹਣੀ ਦੀ ਸ਼ੁਰੂਆਤ ਵਿਚਲਾ ਦੂਜਾ ਅਤੇ ਤੀਜਾ ਪੱਤਾ ਲਾਹੇਵੰਦ ਹੁੰਦਾ ਹੈ। ਪੱਤਿਆਂ ਨੂੰ ਵੀਡੀਓ ਵਿੱਚ ਦਿਖਾਏ ਅਨੁਸਾਰ ਤੋੜਿਆ ਜਾਂਦਾ ਹੈ ਅਤੇ ਫਿਰ ਤੂਤਾਂ ਦੇ ਪੱਤੇ ਨੂੰ 0.5 ਸੈਂਟੀਮੀਟਰ ਆਕਾਰ ਵਿੱਚ ਕੱਟਿਆ ਜਾਂਦਾ ਹੈ। ਰੇਸ਼ਮ ਦੇ ਕੀੜਿਆਂ ਨੂੰ ਕੱਟੇ ਹੋਏ ਪੱਤਿਆਂ ਦੀ ਖੁਰਾਕ ਸਪਲਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ 1 ਘੰਟੇ ਦੇ ਅੰਦਰ ਲਾਰਵੇ ਪੱਤੇ ਦੇ ਉੱਪਰ ਆ ਜਾਣਗੇ। ਨਿਸ਼ਚਿਤ ਸਮੇਂ 'ਤੇ 24 ਘੰਟਿਆਂ ਵਿੱਚ 4 ਵਾਰ ਕੀੜੇ ਨੂੰ ਤੂਤ ਦੇ ਪੱਤਿਆਂ ਦੀ ਖੁਰਾਕ ਦਿੱਤੀ ਜਾਂਦੀ ਹੈ ਅਤੇ ਜਿਵੇਂ ਜਿਵੇਂ ਕੀੜੇ ਖੁਰਾਕ ਲੈਂਦੇ ਹਨ, ਇਹਨਾਂ ਦਾ ਸਾਈਜ਼ ਵੱਡਾ ਹੁੰਦਾ ਹੈ। ਰੇਸ਼ਮ ਦੇ ਕੀੜੇ ਤੋਂ ਤਿਆਰ ਕੀਤਾ ਜਾਣ ਵਾਲਾ ਕਕੂਨ ਟੂਟੀ ਦੀ ਕੁਆਲਿਟੀ ਤੂਤਾਂ ਦੇ ਪੱਤਿਆਂ ਦੀ ਗੁਣਵੱਤਾ 'ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦੀ ਹੈ। ਕੀੜੇ ਜਦੋਂ ਵੱਡੀ ਅਵਸਥਾ ਵਿੱਚ ਜਾਂਦੇ ਹਨ ਅਤੇ ਇਸ ਤਰ੍ਹਾਂ ਪੱਤਿਆਂ ਦਾ ਆਕਾਰ ਵੀ ਵੱਡਾ ਰੱਖਿਆ ਜਾਂਦਾ ਹੈ। ਕੀਟ ਪਾਲਣਾ ਦੌਰਾਨ ਲੋੜੀਂਦੇ ਤਾਪਮਾਨ ਅਤੇ ਨਮੀ ਦਾ ਧਿਆਨ ਰੱਖਿਆ ਜਾਂਦਾ ਹੈ। ਰੇਸ਼ਮ ਦੇ ਕੀੜਿਆਂ ਵਿੱਚ ਸਹੀ ਸਪੇਸਿੰਗ ਲਈ ਨਵੀਆਂ ਟਰੇਆਂ ਵਿੱਚ ਸ਼ਿਫਟ ਕੀਤਾ ਜਾਂਦਾ ਹੈ। ਰੇਸ਼ਮ ਕੀਟ ਆਪਣੇ ਜੀਵਨ ਸਮੇਂ ਵਿੱਚ 4 ਵਾਰੀ ਆਪਣੀ ਖਰੜੀ ਉਤਾਰਦਾ ਹੈ। ਇਹ ਹਾਲਤ ਬੜੀ ਨਾਜ਼ੁਕ ਹੁੰਦੀ ਹੈ। ਲੇਟ ਅਵਸਥਾ ਵਿੱਚ ਨੀਂਦਰਾ ਦੀ ਹਾਲਤ ਵਿੱਚ ਕੀੜਾ ਪੱਤਾ ਖਾਣਾ ਬੰਦ ਕਰ ਦਿੰਦਾ ਹੈ। ਇਸ ਸਮੇਂ ਕੀੜੇ ਨੂੰ ਖੁਰਾਕ ਨਹੀਂ ਦੇਣੀ ਚਾਹੀਦੀ। ਰੇਸ਼ਮ ਕੀਟ ਦੇ ਨੀਂਦਰ ਜਾਣ ਤੋਂ ਪਹਿਲਾਂ
ਬਿਸਤਰ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਨੀਂਦਰ ਦੌਰਾਨ ਚੂਨੇ ਦਾ ਛਿੜਕਾਅ ਕੀਤਾ ਜਾਂਦਾ ਹੈ। ਪੰਜਵੀਂ ਅਵਸਥਾ ਦੇ ਅੰਤ ਵਿੱਚ ਕੀੜਿਆਂ ਦੀ ਖੁਰਾਕ ਘਟ ਜਾਂਦੀ ਹੈ, ਸਰੀਰ ਸੁੰਗੜ ਜਾਂਦਾ ਹੈ ਅਤੇ ਪਾਰਦਰਸ਼ੀ ਹੋ ਜਾਂਦਾ ਹੈ। ਇਹ ਸੰਕੇਤ ਹੁੰਦਾ ਹੈ ਕਿ ਕੀੜੇ ਸਪਿਨਿੰਗ ਲਈ ਤਿਆਰ ਹਨ। ਸਪਿਨਿੰਗ ਲਈ ਵਰਤਿਆ ਜਾਣ ਵਾਲਾ ਮਾਊਂਟਿੰਗ ਮਟੀਰੀਅਲ ਸੁੱਕਾ ਅਤੇ ਉਚਿਤ ਮਾਤਰਾ ਵਿੱਚ ਹੋਣਾ ਚਾਹੀਦਾ ਹੈ। ਇਸ ਲਈ ਪਲਾਸਟਿਕ ਮਾਊਂਟੇਜ ਦੀ ਵਰਤੋਂ ਕੀਤੀ ਜਾਂਦੀ ਹੈ। ਕਮਰੇ ਵਿੱਚ ਮੱਧਮ ਰੋਸ਼ਨੀ ਅਤੇ ਲੋੜੀਂਦਾ ਤਾਪਮਾਨ ਰੱਖਿਆ ਜਾਂਦਾ ਹੈ। ਸਪਿਨਿੰਗ ਦੌਰਾਨ ਰੇਸ਼ਮ ਦੇ ਕੀੜੇ ਕੋਕੂਨ ਯਾਨੀ ਕਿ ਟੂਟੀ ਬਣਾਉਂਦੇ ਹਨ। ਕਕੂਨ ਬਣਨ ਤੋਂ 6 ਦਿਨ ਬਾਅਦ ਰੇਸ਼ਮ ਕਕੂਨ ਟ੍ਰੇਆਂ ਵਿੱਚੋਂ ਬੜੀ ਸਾਵਧਾਨੀ ਨਾਲ ਤੋੜਿਆ ਜਾਂਦਾ ਹੈ ਅਤੇ ਫਾਰਮਾ ਵਿਖੇ ਸਥਾਪਿਤ ਊਸ਼ਨਾ ਕੋਠੀ ਵਿੱਚ ਸੁਕਾਇਆ ਜਾਂਦਾ ਹੈ। ਇਸ ਤਰ੍ਹਾਂ ਰੇਸ਼ਮ ਕਕੂਨ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਨੂੰ ਟਾਟ ਦੀਆਂ ਬੋਰੀਆਂ ਵਿੱਚ ਸਹੀ ਤਰੀਕੇ ਨਾਲ ਮੰਡੀ ਵਿੱਚ ਲਿਆਇਆ ਜਾਂਦਾ ਹੈ। ਪੰਜਾਬ ਵਿੱਚ ਮੁੱਖ ਤੌਰ 'ਤੇ ਮਲਬਰੀ ਕਕੂਨ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਪਰ ਹੁਣ ਮਲਬਰੀ ਤੋਂ ਇਲਾਵਾ ਐਰੀ ਰੇਸ਼ਮ ਦਾ ਉਤਪਾਦਨ ਵੀ ਸ਼ੁਰੂ ਕੀਤਾ ਗਿਆ ਹੈ। ਐਰੀ ਕਕੂਨ ਦੀ ਪੈਦਾਵਾਰ ਲਈ ਕੀੜਿਆਂ ਨੂੰ ਅਰੰਡੀ ਦੇ ਪੱਤੇ ਦੀ ਖੁਰਾਕ ਦਿੱਤੀ ਜਾਂਦੀ ਹੈ। ਐਰੀ ਕਕੂਨ ਤਿਆਰ ਕਰਨ ਵਿੱਚ ਕੀੜੇ ਲਗਭਗ 25 ਤੋਂ 30 ਦਿਨ ਦਾ ਸਮਾਂ ਲੈਂਦੇ ਹਨ। ਰਾਜ ਵਿੱਚ ਰੇਸ਼ਮ ਕੀਟ ਪਾਲਣ ਕਿੱਤੇ ਨਾਲ ਲਗਭਗ 1000 ਤੋਂ 1200 ਕਿਸਾਨ ਜੁੜੇ ਹੋਏ ਹਨ, ਜਿਸ ਨਾਲ ਸਾਲਾਨਾ ਲਗਭਗ 700 ਤੋਂ 800 ਔਂਸ ਰੇਸ਼ਮ ਬੀਜ ਦੀ ਪਾਲਣਾ ਕਰਕੇ 25,000 ਤੋਂ 30,000 ਕਿਲੋਗ੍ਰਾਮ ਰੇਸ਼ਮ ਟੂਟੀ ਦਾ ਉਤਪਾਦਨ ਕੀਤਾ ਜਾਂਦਾ ਹੈ। ਰੇਸ਼ਮ ਕੀਟ ਪਾਲਣ ਇੱਕ ਖੇਤੀ ਆਧਾਰਿਤ ਕਿੱਤਾ ਹੈ ਜੋ ਪੇਂਡੂ ਗਰੀਬੀ ਰੇਖਾ ਤੋਂ ਹੇਠਾਂ ਬੇਜ਼ਮੀਨੇ ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਮੈਂ ਫਾਰਮਿੰਗ ਨੂੰ ਐਜ਼ ਆਪਣਾ ਓਪਰਚੁਨਿਟੀ ਲੈ ਕੇ ਚੱਲਿਆ ਅਤੇ ਆਮਦਨੀ ਮੈਨੂੰ ਸਾਲ ਦੀ 15 ਤੋਂ 20 ਹਜ਼ਾਰ ਦੀ ਹੋ ਚੁੱਕੀ ਹੈ ਇਸ ਟਾਈਮ 'ਤੇ, ਜੋ ਕਿ ਡਿਪਾਰਟਮੈਂਟ ਨੇ ਮੈਨੂੰ ਹੈਲਪ ਕੀਤੀ ਕਿ ਟੈਕਨੀਕਲ ਗਾਈਡੈਂਸ ਹੋਈ, ਡਿਸਇਨਫੈਕਟੈਂਟ ਵਗੈਰਾ ਸਾਰੇ ਮੈਨੂੰ ਪ੍ਰੋਵਾਈਡ ਕੀਤੇ। ਮੈਂ 10-12 ਸਾਲ ਤੋਂ ਕੀਟ ਪਾਲਕ ਦਾ ਕੰਮ ਕਰਦਾ ਆਇਆ ਜੀ। ਸਰਕਾਰ ਤਰਫੋਂ ਜੋ ਵੀ ਸੈਬਸਿਡੀ ਹੋਣੀ ਚਾਹੀਦੀ ਹੈ ਉਹ ਹਰ ਚੀਜ਼ ਮਿਲਦੀ ਹੈ। ਔਰਤਾਂ ਇਸ ਕਿੱਤੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹੋਈਆਂ ਸਾਲਾਨਾ ਲਗਭਗ 10,000 ਤੋਂ 12,000 ਰੁਪਏ ਦੀ ਆਮਦਨ ਪ੍ਰਾਪਤ ਕਰ ਰਹੀਆਂ ਹਨ। ਐਰੀ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਬਾਕੀ ਮੰਡੀਕਰਨ ਵੀ ਖੁਦ ਹੀ ਕਰਦੇ ਆ ਕੇ ਵਧੀਆ ਤਰੀਕੇ ਨਾਲ। ਬਾਕੀ ਸਾਨੂੰ ਘਰ ਬੈਠਿਆਂ ਨੂੰ ਰੁਜ਼ਗਾਰ ਮਿਲਦਾ ਹੈ, ਪੂਰੀ ਫੈਮਿਲੀ ਅਸੀਂ ਮਿਲ ਕੇ ਕੰਮ ਕਰਦੇ ਹਾਂ। ਮੈਂ ਅੱਜ ਤੋਂ 10 ਸਾਲ ਪਹਿਲੇ ਇਹ ਕੀਟ ਪਾਲਣ ਦਾ ਕੰਮ ਕਰ ਰਹੀ ਹਾਂ, ਜਿਸ ਵਿੱਚ ਮੈਂ 20-25 ਦਿਨਾਂ ਵਿੱਚ 10 ਤੋਂ 15,000 ਰੁਪਇਆ ਕਮਾ ਲੈਂਦੀ ਹਾਂ। ਸੈਰੀਕਲਚਰ ਵਿਭਾਗ ਨੇ ਏਰੀ ਹੱਟ ਬਣਾ ਕੇ ਦਿੱਤੇ ਹਨ, ਜਿਨ੍ਹਾਂ ਵਿੱਚ ਅਸੀਂ ਰੇਸ਼ਮ ਪਾਲਣ ਦਾ ਕੰਮ ਕਰਦੇ ਹਾਂ। ਸਾਨੂੰ ਟਾਈਮ ਟੂ ਟਾਈਮ ਉਹਨਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਰਾਜ ਵਿੱਚ ਇਸ ਸਮੇਂ ਕਕੂਨ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਰੇਸ਼ਮ ਕੀਟ ਪਾਲਕਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਰ੍ਹਾਂ ਕਕੂਨ ਦੀ ਪੈਦਾਵਾਰ ਹੋਣ ਉਪਰੰਤ ਵਿਭਾਗ ਵੱਲੋਂ ਕਕੂਨ ਦਾ ਮੰਡੀਕਰਨ ਕਰਵਾਇਆ ਜਾਂਦਾ ਹੈ ਤਾਂ ਜੋ ਰੇਸ਼ਮ ਕੀਟ ਪਾਲਕਾਂ ਨੂੰ ਵਾਜਬ ਰੇਟ ਦਵਾਇਆ ਜਾ ਸਕੇ। ਵਿਭਾਗ ਵੱਲੋਂ ਕਕੂਨ ਦੇ ਮੰਡੀਕਰਨ ਅਤੇ ਵੈਲਿਊ ਐਡੀਸ਼ਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਰਾਜ ਵਿੱਚ ਕਕੂਨ ਤੋਂ ਰੇਸ਼ਮ ਦਾ ਧਾਗਾ ਤਿਆਰ ਕੀਤਾ ਜਾ ਸਕੇ ਅਤੇ ਕੀਟ ਪਾਲਕਾਂ ਨੂੰ ਵੱਧ ਤੋਂ ਵੱਧ ਇਸ ਕਿੱਤੇ ਨਾਲ ਜੋੜਿਆ ਜਾ ਸਕੇ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਪੰਜਾਬ ਵੀ ਬਹੁਤ ਹੀ ਉੱਤਮ ਤਰ੍ਹਾਂ ਦੀ ਸਿਲਕ ਬਣਾਉਂਦਾ, ਜਿਹਨੂੰ ਕਿ ਮਲਬਰੀ ਸਿਲਕ ਕਿਹਾ ਜਾਂਦਾ। ਕੀੜਾ ਜਿਹੜੀ ਵਰਾਇਟੀ ਖਾਏਗਾ ਉਹਦੇ ਹਿਸਾਬ ਨਾਲ ਹੀ ਸਿਲਕ ਬਣਾਏਗਾ ਅਤੇ ਇਹਦੀ ਪ੍ਰੋਡਕਸ਼ਨ ਦੇ ਨਾਲ ਨਾਲ ਅਸੀਂ ਇਹਦੀ ਕੁਆਲਿਟੀ ਵੀ ਇੰਪਰੂਵ ਕਰਨ ਵਾਸਤੇ, ਇਹਨਾਂ ਨੂੰ ਬੈਟਰ ਕੁਆਲਿਟੀ ਦਾ ਖਾਣਾ ਦੇਣ ਵਾਸਤੇ ਮਲਬਰੀ ਦੀ ਪਲਾਂਟੇਸ਼ਨ ਵੀ ਕਰਾ ਰਹੇ ਹਾਂ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਵੀ ਪੰਜਾਬ ਵਿੱਚ ਅਸੀਂ ਐਰੀ ਸਿਲਕ ਕੈਸਟਰ ਜਾਂ ਜਿਹਨੂੰ ਅਰੰਡੀ ਕਹਿੰਦੇ ਨੇ ਉਹਦੇ ਪੱਤਿਆਂ 'ਤੇ ਵੀ ਤਿਆਰ ਹੁੰਦੀ ਹੈ। ਇਸ ਵਾਸਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਐਰੀ ਸਿਲਕ ਅਰੰਡੀ ਦੇ ਪੱਤੇ ਤੋਂ ਵੀ ਜੇ ਬਣਾਉਣ ਲੱਗ ਜਾਣ ਤਾਂ ਇਹਨਾਂ ਨੂੰ ਅਡੀਸ਼ਨਲ 8,000 ਦੀ ਇਨਕਮ ਹੋਰ ਹੋ ਜਾਏਗੀ ਸਾਲ ਦੇ ਵਿੱਚ। ਪੰਜਾਬ ਵਿੱਚ ਪਿਛੜੇ ਹੋਏ ਲੋਕ, ਗਰੀਬ ਲੋਕਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹ ਇੱਕ ਅੱਛਾ ਸਾਧਨ ਹੈਗਾ। ਇਹਨਾਂ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਭਾਰਤ ਸਰਕਾਰ ਦੀ ਸੈਂਟਰਲ ਸਿਲਕ ਬੋਰਡ ਦੀ ਸਿਲਕ ਸਮਗਰਾ ਸਕੀਮ ਚੱਲਦੀ ਹੈ। ਉਸ ਤੋਂ ਇਲਾਵਾ
राष्ट्रीय कृषि विकास योजना भी चल रही है जिड़ी कि स्टेट वालों असी दे रहे हैं इसकी फंडिंग क्योंकि इत्थे दी सिल्क की क्वालिटी बहुत अच्छी है। असी चाहते हैं भी इन्हां किसानां दी जिंदगी नूं बेहतर करन वास्ते इत्थे एक रीलिंग यूनिट इत्थे ही बन जावे। असी चाहते हैं भी पंजाब दा ब्रांड एक खड़ा करिए अगले 2-3 सालों के इहदे विच इनपुट दे के ना केवल मलबरी बल्कि एरी सिल्क भी असी पंजाब दे विच खड़ी करिए। रेशम कीट पालकां नूं सैरीकल्चर दीआं वख-वख गतिविधियां तों जाणू कराउण अते किते विच कुशलता लई विभाग वल्लों समें-समें ते ट्रेनिंगां अते एक्सपोजर विजिट करवाईआं जांदीआं हन। इस तों इलावा केंद्र रेशम बोर्ड तों समें-समें ते तकनीकी माहर बुलाए जांदे हन अते कीट पालकां नूं इस किते लई लोड़ींदीआं सुविधावां अते जानकारी लई किसान विचार गोष्ठी अते वर्कशॉप आदि करवाए जांदे हन।